ಸಂಪದೇಶ್ವರ ಗುಣಾ ಕಲಿತ್ಯ ಹೇ ಗಂಗ ಹೃದಯ ಪ್ರದಾಸ್ ನಮ ದಸಾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਸਰਦਾਰ ਜੰਗ ਸਿੰਘ ਗੁਰਾਂ ਦੀ ਅੰਤਿਮ ਅਰਦਾਸ ਦੇ ਵਿੱਚ ਸਮੁੱਚੇ ਇਲਾਕੇ ਦੀ ਲੀਡਰਸ਼ਿਪ, ਵੱਖ ਵੱਖ ਪਾਰਟੀਆਂ ਦੇ ਰਾਜਨੀਤਿਕ ਆਗੂ, ਧਾਰਮਿਕ ਆਗੂ ਇੱਥੇ ਪਹੁੰਚੇ ਸੀ। ਜੰਗ ਸਿੰਘ ਗੁਰਾਂ ਨੇ ਜੋ ਸਮਾਜ ਲਈ, ਜੋ ਪਰਿਵਾਰ ਲਈ ਕੀਤਾ, ਉਸ ਦੇ ਉੱਪਰ ਵੱਖ ਵੱਖ ਬੁਲਾਰਿਆਂ ਨੇ ਬਹੁਤ ਜ਼ਿਆਦਾ ਖੁੱਲ੍ਹੇ ਤਰੀਕੇ ਨਾਲ ਚਾਨਣਾ ਪਾਇਆ। ਆ ਸਰਦਾਰ ਜੰਗ ਸਿੰਘ ਸਾਡੇ ਇਲਾਕੇ ਦੀ ਬੜੀ ਸਤਿਕਾਰਯੋਗ ਸ਼ਖਸੀਅਤ ਸਨ। ਉਹਨਾਂ ਨੇ ਆਪਣੀ ਮਿਹਨਤ ਦੇ ਨਾਲ ਆਪਣੇ ਪਰਿਵਾਰ ਨੂੰ ਆਰਥਿਕ ਤੌਰ 'ਤੇ ਬਹੁਤ ਮਜ਼ਬੂਤ ਕੀਤਾ। ਅੱਜ ਐਗਰੀਕਲਚਰ ਦੇ ਵਿੱਚ, ਖੇਤੀਬਾੜੀ ਦੇ ਤੌਰ 'ਤੇ ਇਸ ਪਰਿਵਾਰ ਦਾ ਨਾਂ ਸਾਡੇ ਇਲਾਕੇ ਵਿੱਚ ਨਹੀਂ, ਸਾਡੇ ਜ਼ਿਲ੍ਹੇ ਵਿੱਚ ਪੂਰੇ ਮਾਣ ਅਤੇ ਸਤਿਕਾਰ ਨਾਲ ਲਿਆ ਜਾਂਦਾ। ਇਸ ਪਰਿਵਾਰ ਨੇ ਖੇਤੀਬਾੜੀ ਨੂੰ ਇੱਕ ਵਧੀਆ ਤਰੀਕੇ ਨਾਲ ਲਾਹੇਵ ਧੰਦਾ ਬਣਾ ਕੇ ਨਵੀਂ ਟੈਕਨੀਕ ਨਾਲ ਕਰਕੇ ਸਾਡੇ ਇਲਾਕੇ ਨੂੰ ਇੱਕ ਨਵੀਂ ਸੇਧ ਦਿੱਤੀ ਹੈ। ਅੱਜ ਸਰਦਾਰ ਜੰਗ ਸਿੰਘ ਹੋਰਾਂ ਦੇ ਜਾਣ ਨਾਲ ਸਾਡੇ ਇਸ ਪਰਿਵਾਰ ਨੂੰ ਜਿੱਥੇ ਘਾਟਾ ਪਿਆ, ਉੱਥੇ ਸਾਡੇ ਇਲਾਕੇ ਨੂੰ, ਸਮੁੱਚੇ ਇਲਾਕੇ ਨੂੰ, ਸਮੁੱਚੀ ਪੰਚਾਇਤ ਖੜ੍ਹੀ ਹੈ, ਸਾਰੇ ਪਰਿਵਾਰ ਨੂੰ, ਸਾਰੇ ਨਗਰ ਨੂੰ ਬਹੁਤ ਵੱਡਾ ਘਾਟਾ ਪਿਆ। ਜਿੱਥੇ ਉਹਨਾਂ ਦੇ ਹੋਣਹਾਰ ਸਪੁੱਤਰਾਂ ਨੂੰ, ਸਰਦਾਰ ਕਰਮਜੀਤ ਸਿੰਘ ਹੋਰਾਂ ਨੂੰ, ਸਰਦਾਰ ਗੁਰਜੰਟ ਸਿੰਘ ਹੋਰਾਂ ਨੂੰ, ਪਰ ਉਹਨਾਂ ਦੀ ਹੋਣਹਾਰ ਸਪੁੱਤਰੀ ਬੀਬੀ ਹਰਪ੍ਰੀਤ ਕੌਰ ਨੂੰ ਬਹੁਤ ਵੱਡਾ ਪਰਿਵਾਰਕ ਘਾਟਾ ਪਿਆ। ਉੱਥੇ ਇੱਕ ਸਾਡੇ ਕੋਲ ਬਹੁਤ ਦੂਰ ਅੰਦੇਸ਼ੀ ਵਿਅਕਤੀ ਅੱਜ ਦੂਰ ਚਲੇ ਗਏ ਨੇ, ਜਿਨ੍ਹਾਂ ਦਾ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ। ਮੈਂ ਗੁਰੂ ਸਾਹਿਬ ਵੱਲੋਂ, ਸਮੁੱਚੀ ਸੰਗਤ ਵੱਲੋਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਗੁਰੂ ਸਾਹਿਬ ਉਹਨਾਂ ਨੂੰ ਆਪਣੇ ਚਰਨਾਂ 'ਚ ਅਰਦਾਸ ਬਖਸ਼ਣ, ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇੱਕ ਜਨਤਾ ਦੇ ਸੇਵਕ, ਕਿਰਤੀ ਕਿਸਾਨ, ਜਿਹੜੇ ਕਿ ਜਨਤਾ ਦੇ ਨਾਲ ਨਾਲ ਗੁਰੂ ਘਰ ਦੇ ਪ੍ਰੇਮੀ, ਜਿਸ ਕਰਕੇ ਅੱਜ ਆਪਾਂ ਸਾਰੀ ਸੰਗਤ ਇਕੱਤਰ ਹੋਏ ਹਾਂ। ਗੁਰੂ ਮਹਾਰਾਜ ਦੀ ਕਿਰਪਾ ਸਦਕਾ ਹੀ ਉਹਨਾਂ ਨੇ ਇੰਨੀਆਂ ਤਰੱਕੀਆਂ ਕੀਤੀਆਂ। ਗੁਰੂ ਮਹਾਰਾਜ ਦੀ ਕਿਰਪਾ ਸਦਕਾ ਹੀ ਆਪਾਂ ਨੂੰ ਇਹ ਪਿਆਰ ਬਖਸ਼ਿਆ। ਜਿਸ ਪਿਆਰ ਸਰਦਾਰ ਜੰਗ ਸਿੰਘ ਉਹਨਾਂ ਦੀ ਜੋ ਜੀਵਨੀ ਹੈ, ਉਹ ਇੱਕ ਬਹੁਤ ਹੀ ਸੱਚੇ ਸੁੱਚੇ ਇਨਸਾਨ ਅਤੇ ਵਧੀਆ ਕਿਸਾਨ ਔਰ ਵਧੀਆ ਸਮਾਜ ਸੇਵਕ, ਜਿਨ੍ਹਾਂ ਨੇ ਇੱਥੇ ਅੱਜ ਪਿੰਡ ਦੇ ਵਿੱਚ ਜੋ ਪੈੜਾਂ ਪਾਈਆਂ ਨੇ, ਉਹ ਸੰਦੇਸ਼ਾਂ ਯਾਦ ਰਹਿਣਗੀਆਂ ਅਤੇ ਉਹਨਾਂ ਨੂੰ ਹਰ ਇੱਕ ਥਾਂ ਦੇ ਉੱਤੇ ਯਾਦ ਕੀਤਾ ਜਾਊਗਾ। ਇਸ ਲਈ ਮੈਂ ਸਮੂਹ ਸੰਗਤ ਦਾ ਜਿੱਥੇ ਅਸੀਂ ਧੰਨਵਾਦ ਕਰਦੇ ਹਾਂ, ਉੱਥੇ ਪਰਿਵਾਰ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਅਤੇ ਭਾਣਾ ਮੰਨਣ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲ ਲਿਆ ਜਦੋਂ ਇਹਦੀ ਹਵਾ, ਕਿਉਂ ਇਹ ਪੰਜਾਂ ਤੱਤਾਂ ਦੇ ਵਿੱਚੋਂ ਇਹ ਪ੍ਰਾਣੀ ਪੈਦਾ ਹੋਇਆ। ਪੰਜਾਂ ਤੱਤਾਂ ਦੇ ਵਿੱਚੋਂ ਕਿਦ ਵੇਲਾ ਪ੍ਰਾਣੀ, ਕਿਦ ਵੇਲਾ ਅਤੇ ਕਿਹੜੀ ਰੰਗ ਕਹਿੰਦੇ ਵੇਲਾ ਤਾਂ ਭਾਈ ਕੋਈ ਜਵਾਬ ਨਹੀਂ ਹੈ, ਕੋਈ ਜਵਾਬ ਨਹੀਂ ਕਿਸੇ ਦਾ ਜ਼ੋਰ ਵੀ। ਪਰ ਆਪਾਂ ਪੜ੍ਹ ਲੈਂਦੇ ਹਾਂ, ਅਸੀਂ ਪਾਠੀ ਸਿੰਘ ਪੜ੍ਹਦੇ ਹਾਂ ਭੋਗ ਦੇ, ਵੈਸੇ ਤਾਂ ਬਾਣੀ ਆਉਂਦੀ ਹੈ, ਖੁਸ਼ੀ ਵਿੱਚ ਵੀ ਪੜ੍ਹਦੇ ਹਾਂ ਇਕੱਲੇ ਹਵਾ ਪ੍ਰਾਣੀ ਕਿਉਂ ਨਿਕਲ ਗਈ
एक विचार करने वाली गल है। पहले एक जस है, एक आप जस है, एक जस खटन वास्ते मुल्क जीवन से आया है, एक आप जस है। वो आप जस कहना जो आप मरे हुए तो बाद मौत तो बाद कई दिन दो घंटे चार घंटे लाओ उस उपरंत इस जीव ने एक हवा भरनी शुरू हो जाती है। हवा गुरु फिर हवा भरनी शुरू हो जाती है, उन्होंने कहते हैं आप जस, उन्होंने आप जस कहते हैं गुरु फिर आप जस जीवन शरीर में भर लग जाए और मनो भी उसकी पीछे शक्ति रह गई अपने पुत्रां धीआं विच कारोबार विच इन्नी शक्ति का मालिक आप जस हो गया। जिहड़ा जस खटिया सी जस ਉਹ ਜਸ ਵੀ ਗੁਰਮੁਖ ਪਿਆਰੇ ਪਿੱਛੇ ਹੈ, ਉਹ ਵੀ ਜਸ ਨਾਲ ਨਹੀਂ ਜਾਣ ਦਿੱਤਾ, ਵਿਉਂਦੀ ਨਾਲ ਜਾਣ ਦਿੱਤਾ ਗੁਰਮੁਖ ਪਿਆਰਿਓ। ਜਸ ਉਦੋਂ ਜਾਂਦਾ ਨਾਲ ਜਦੋਂ ਮਨੁੱਖ ਦੇ ਜੀਵ ਦੇ ਅੰਦਰ ਫਿਰ ਗੁਰਮੁਖ ਪਿਆਰੇ ਜਸ ਰਹਿਣਾ ਇੱਥੇ ਇੱਥੇ ਲੋਕ ਜਿਹੜੀਆਂ ਉਹ ਜਿਹੜੀਆਂ ਸੰਤਰ ਪਾਓ ਇਹਦੇ ਬਾਈ ਦੇ ਲੋਕਾਂ ਦੇ ਮਿਲੀਆਂ ਨੇ ਉਹ ਕਹਿੰਦੇ ਵੀ ਇੱਥੇ ਛੱਡ ਲਿਆ ਕਹਿੰਦੇ ਕੋਈ ਉਹਨਾਂ ਦਾ ਕੋਈ ਜਿਵੇਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਭਾਈ ਇਹ ਪ੍ਰਜਾ ਦੱਸਣ ਦੇ ਪੁੱਛੇ ਦੇ ਵਿੱਚੋਂ ਇੱਕ ਜਿਹੜੇ ਪ੍ਰਾਣ ਨੇ ਸਿਰਫ ਉਹਨਾਂ ਦੀ ਕੀਮਤ ਪੈਂਦੀ ਹੈ ਮਾਰੇ ਉੱਥੇ ਅਗਨੀ ਨੇ ਬਹੁਤਾ ਲੋਟ ਭਾਵ ਪਹੁੰਚਾਇਆ ਹੁੰਦਾ ਉਹਦੇ ਮਨ ਦੇ ਅੰਦਰ ਹਮਾ ਹੁੰਦਾ ਉਹਦੇ ਮਨ ਦੇ ਅੰਦਰ ਗੁਰਮੁਖ ਪੈਰੇ ਹਮਾ ਹੁੰਦਾ ਕਿਉਂ ਜਿਵੇਂ ਮਾਰ ਕਹਿੰਦਾ ਮਾਰ ਕਹਿੰਦੇ ਕਿ ਬੜਾ ਹਮਾ ਸੀ ਮਨ ਦੇ ਵਿੱਚ ਮਾਰ ਕਹਿੰਦੇ ਨੇ ਕੀ ਕੀਤਾ ਗੁਰਮੁਖ ਪਿਆਰਿਓ ਤੂੰ ਵੀ ਦੂਰ ਕਰ ਖਾਈ ਟੁੱਟ ਕੇ ਤਾਂ ਉਹ ਵੀ ਆਪਣਾ ਕਿਲਾ ਉਸਾਰਨਾ ਕੀਤਾ ਆਪਣੇ ਮੰਦਿਰ ਬਣਾਉਣੇ ਕੀਤੇ ਜਿੱਥੇ ਨਾਮ ਦੇਵ ਦੀ ਕੁਟੀਆ ਸੀ ਕੁਟੀਆ ਨਾਮ ਦੇ ਭਗਤੀ ਨਾਮ ਜਪਣ ਵਾਲੇ ਦੀ ਸਰਵਣ ਕਰਨ ਵਾਲੇ ਦੀ ਉਹਦੀ ਕੁਟੀਆ ਨੂੰ ਚੁੱਕ ਕੇ ਆਪਣੇ ਛੱਡ ਦਿੱਤਾ ਗੁਰੂ ਪੈਰ ਹਮਾ ਐਡੀ ਵੱਡੀ ਅਗਨੀ ਦਾ ਐਡਾ ਭਾਂਬੜ ਹੈ ਅਗਨੀ ਦਾ ਭਾਂਬੜ ਕਿੰਨਾ ਕੁਝ ਨੂੰ ਖਾ ਜਾਂਦਾ ਹੈ ਕਿੰਨੇ ਨੂੰ ਖਤਮ ਕਰ ਦਿੰਦਾ ਉਹਨੂੰ ਇਹ ਨਹੀਂ ਪਤਾ ਵੀ ਇਹ ਕੌਣ ਹੈ ਨਾਮ ਦੇ ਭਾਵੇਂ ਗੁਰੂ ਪੈਰ ਕੀਰਤਨ ਦੇ ਗਿਆ ਹੋਇਆ ਪਰ ਉਹਦੇ ਆਉਂਦੇ ਨੂੰ ਹਉਮੇ ਦੇ ਮਾਰੇ ਮਾਰ ਕੱਢਿਆ ਨੇ ਉਹਦੀ ਜਗ੍ਹਾ ਰੋਕ ਲਈ ਸ਼ਬਰੀ ਦਾ ਜਿਹੜਾ ਖੁਲੀ ਦਾ ਜਿਹੜਾ ਬਗੀਰ ਸੀ ਉਹ ਬਚਾਉਣ ਵਾਲੇ ਨਹੀਂ ਸੀ ਇਸ ਕਰਕੇ ਗੁਰੂ ਪਿਆਰ ਇਹਦੇ ਨਾਲ ਕੋਈ ਘਰ ਨਹੀਂ ਰੋਕ ਪਿਆ ਉਹ ਵੀ ਭਾਈ ਪ੍ਰੇਮੀ ਭਾਈ ਪ੍ਰੇਮੀ ਗੁਰੂ ਪਿਆਰਿਓ ਨਗਰੀ ਮਾਰੀ ਹੈ ਬਾਹਰਲੇ ਪਾਸੇ ਬਿਠਾ ਦਿੱਤਾ
ਕੁਇਤਾ ਨਿਹਾਲ ਆਉਂਦਾ ਆਉਂਦਾ ਹੋ ਗਿਆ ਨਰੂਆ ਕੁਝ ਹੁਣ ਹੋਰ ਉਧਰੋਂ ਸੰਗਤ ਨੇ ਸਤਿਗੁਰੂ ਜੀ ਦੇ ਦਰਸ਼ਨ ਦਰਾਜੇ ਕਰਕੇ ਆਪਣੀ ਆਪਣੀ ਜਗ੍ਹਾ ਬੈਠ ਕੇ ਗੁਰਬਾਣੀ ਦਾ ਕੀਰਤਨ ਆਨੰਦਮਈ ਦੇ ਨਾਲ ਸਭ ਨੇ ਕੀਤਾ। ਕਿਤਨੇ ਕੁਝ ਸਮੇਂ ਅਨੁਸਾਰ ਉਹਨੂੰ ਲਾਂਗਰੀ ਨੇ ਆਵਾਜ਼ ਮਾਰੀ, ਕਹਿੰਦੇ ਮਹਾਰਾਜ ਸੰਗਤ ਦੇ ਪ੍ਰਥਾਏ ਭੰਡਾਰਾ ਤਿਆਰ ਹੈ, ਮਹਾਰਾਜ ਲੰਗਰ ਛਕੋ। ਸਾਰੀਆਂ ਸੰਗਤਾਂ ਚੱਲ ਕੇ ਸਮੇਂ ਅਨੁਸਾਰ ਜਿਸ ਮੌਕੇ ਮੌਕੇ ਗੁਰਮੁਖ ਪੈਰੋ ਇਹੀ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਭਾਈ ਠਹਿਰੋ, ਸਾਡੀਆਂ ਮਾਂ ਦਾ ਜੇ ਬਾਹਰ ਹੈ, ਸਾਡੀਆਂ ਮਾਂ ਕਹਿੰਦੇ ਜੇ ਬਾਹਰ ਬੈਠੀ ਹੈ ਗੱਡੀ ਦੇ ਵਿੱਚ, ਫਿਰ ਲੰਗਰ ਛਕਾਂਗੇ। ਕਹਿੰਦੇ ਜਾਓ ਭਾਈ। ਤੀਸਰੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੇ ਹੁਕਮ ਕੀਤਾ ਸੀਗਾ, ਜਾਓ ਭਾਈ ਪ੍ਰੇਮੀ ਨੂੰ ਚੁੱਕ ਕੇ ਲੈ ਕੇ ਆਓ, ਪਾਤਸ਼ਾਹ ਜੀ ਦੇ ਚਾਦਰੀ ਲਾਓ ਲਿਆ ਕੇ। ਜਿਸ ਮੌਕੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਦੇ ਚਾਦਰੀ ਲੈ ਕੇ ਲਾਇਆ, ਭਾਈ ਪ੍ਰੇਮੀ ਦੇ ਉੱਪਰ ਮੱਖੀਆਂ ਭਿੜਕਦੀਆਂ ਨੇ, ਗੁਰਮੁਖ ਪੈਰੋ ਇੱਡੇ ਵੱਡੇ ਰੋਗ ਦਾ ਦਰਸ਼ਕਾ ਹੋਇਆ, ਭਾਈ ਪ੍ਰੇਮਾ ਬਦਮੋਹ ਮਾਰਦਾ, ਬਾਅਦ ਬਦਮੋਹ ਮਾਰਦੀ ਹੈ। ਹੁਣ ਗੁਰਮੁਖ ਪੈਰੋ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਨੇ ਕੀ ਮਿਹਰ ਕੀਤੀ, ਮੇਰੇ ਦੇ ਦਾਦੇ ਨੇ ਕੀ ਮਿਹਰ ਕੀਤੀ, ਗੁਰਮੁਖ ਪਿਆਰੋ ਇਹ ਨੀ ਕਿਸੇ ਨੂੰ ਬੇਅਰਮੇ ਦੀ ਗੱਲ ਨਹੀਂ ਕਹੀ, ਕਿਸੇ ਨੂੰ ਊਚ ਨੀਚ ਨਹੀਂ ਕਿਹਾ, ਇੱਥੇ ਕਿਉਂ ਲੈ ਕੇ ਆਇਓ। ਯਾਰ ਕਹਿੰਦੇ ਭਾਈ ਨੂੰ ਮਾਇ ਕਰੋ, ਇਹ ਸਾਹੂਕਾਰ ਦਾ ਪੁੱਤਰ ਹੈ, ਸੀਰਤ ਸਿੰਘ ਵਾਲੇ ਦਾ, ਇਹ ਸਾਹੂਕਾਰ ਦਾ ਪੁੱਤਰ ਹੈ, ਸੰਗਤ ਲਾ ਗਈ। ਕਹਿੰਦੇ ਜਿਹੜੀ ਕੁੰਡ ਵਿੱਚ ਅਸੀਂ ਇਸ਼ਨਾਨ ਕਰਦੇ ਹਾਂ, ਅਸੀਂ ਇਸ਼ਨਾਨ ਕਰਦੇ ਜਿਹੜੀ ਕੁੰਡ ਦੇ ਵਿੱਚ ਮੰਗ, ਉਸ ਕੁੰਡ ਦੇ ਵਿੱਚ ਇਹ ਪ੍ਰੇਮੀ ਨੂੰ ਇਸ਼ਨਾਨ ਕਰਾਇਆ ਜਾਵੇ, ਤਾਂ ਕਿ ਪ੍ਰੇਮੀ ਦੇ ਰੋਗ ਨੇ ਜਿਹੜੇ ਉਹ ਰੋਗੇ ਦੇ ਭਾਵਨ ਭਾਈ ਅਸੀਂ ਕਰਾਂਗੇ, ਅਸੀਂ ਸੁਣਾਂਗੇ ਉਹਨਾਂ ਨੂੰ। ਦੇਖ ਲਓ ਗੁਰਮੁਖ ਪਿਆਰੋ ਹੈ, ਆਪੇ ਹਰ ਇੱਕ ਰੰਗ, ਆਪੇ ਬਹੁ ਰੰਗੀ, ਬਹੁਤ ਰੰਗੀ ਸਮਾਪਤੀ ਦੇ ਇਹਦਾ ਆਪ ਵਾਸਤੇ ਇੱਥੇ ਕਿਸੇ ਦਾ ਜੋੜ ਨਹੀਂ।
ਜਿਉਣ ਦਾ, ਕਿਸੇ ਦਾ ਜ਼ੋਰ ਨਹੀਂ ਮਰਨ ਦਾ ਵੀ ਮੈਂ ਤਾਂ ਜੇ ਮਰਨਾ, ਕਿਸੇ ਦਾ ਜ਼ੋਰ ਨਹੀਂ ਵੀ ਕਾਮਨਾ ਮੈਨੂੰ ਮਾਰਨ ਵਾਲਾ ਮੈਂ ਤਾਂ ਜਿਉਂਦੇ ਰਹਿਣਾ ਨਹੀਂ। ਗੁਰੂ ਪਿਆਰਿਓ ਭਾਈ ਸਾਹਿਬ ਸਰਦਾਰ ਨਗਰ ਸਿੰਘ ਜੀ, ਕਿਉਂਕਿ ਮੈਨੂੰ ਇੰਨਾ ਕਿ ਥੋੜ੍ਹਾ ਜਿਹਾ ਇਸ ਪਰਿਵਾਰ ਦਾ ਨਜ਼ਦੀਕੀ ਹੋਣ ਦੇ ਕਾਰਨ ਇਹਨਾਂ ਦਾ ਜੋ ਸੰਬੰਧ ਕਿਵੇਂ ਇਹਨਾਂ ਦਾ ਨੌਕਰ ਬਣਾ ਦਿੱਤਾ ਹੈ ਜੀ, ਕੋਈ ਇਹਨਾਂ ਦੀ ਜਿਹੜੀ ਖੇਤੀ ਦਾ ਕਹਿ ਰਹੇ ਹੋ ਪ੍ਰਭਾਵ ਹੈ ਨਾ, ਜਿਹੜੇ ਮੰਜ਼ਿਲ ਤੇ ਬੰਦੇ ਹੋਏ ਨੇ ਖੇਤੀ ਦੇ ਨਿਬੁੱਲ ਭਾਈ ਜਗਤ ਸਿੰਘ ਜੀ ਸਵਰਗਵਾਸ ਸੀ, ਇਹਨਾਂ ਦੀ ਪਤਨੀ ਸਰਦਾਰ ਬਾਬੂ ਸਿੰਘ, ਬਲਦੇਵ ਸਿੰਘ ਜੀ, ਬਲਵੰਤ ਸਿੰਘ ਜੀ, ਇਹਨਾਂ ਦੇ ਨਾਂ ਕੇ ਵੀ ਭਾਈ ਸਾਹਿਬ ਨਾਲ ਕਿਹਾ ਨੇ ਰਾਧਾ ਸਿੰਘ, ਇਹਨਾਂ ਦੇ ਮਾਮਾ ਜੀ ਅੰਬਰਨਾਥ ਸਾਹਿਬ ਬੜੇ ਸੁਰੀਮਾਨ, ਉਹ ਵੀ ਉਹਨਾਂ ਦੇ ਸੁਪੁੱਤਰ ਜੋਰਾ ਸਿੰਘ ਜੀ ਦੇਖ ਲਓ ਸੀ, ਲੜਕੀ ਨੇ ਆਪਣੇ ਭੈਣਾਂ ਭਰਾਵਾਂ ਆਪਣੇ ਮਾਤਾ ਪਿਤਾ ਨੂੰ ਇਹਨਾਂ ਹਰੀਆਂ ਸ਼ੇਰੀਆਂ ਦੇ ਨਾਲ ਗੁਰੂ ਪਿਆਰੇ ਦੀ ਬੀਤੀ ਦੇ ਨਿਪੁੰਨਾ ਗੁਰਬਾਣੀ ਦੇ ਯਾਦ ਕਰਵਾਏ ਸ੍ਰੀ ਅਨੰਦਪੁਰ ਸਾਹਿਬ ਆਪਾਂ ਤਾਂ ਗੁਰੂ ਪੈਰਿਕ ਬੈਠ ਕੇ ਵਿਚਾਰ ਕਰ ਲਈਆਂ ਨੇ, ਪਰ ਗੁਰਬਾਣੀ ਦੇ ਉੱਪਰ ਦੀ ਵਿਚਾਰ ਕੋਈ ਨਹੀਂ ਹੈ। ਉੱਤਮ ਇਹ ਵਿਚਾਰ ਜੋ ਸੱਚੀ ਸਿੱਖ ਕਰਾਇਆ, ਜੋ ਜੀਵਨ ਦਾਤਾ ਪਾਇਆ, ਮਾਤਾ ਦੀ ਚਰਨ ਵਿੱਚ ਪਾਈ ਗੁਰਬਾਣੀ ਪੜ੍ਹੀ ਸੀ, ਕੀਰਤਨ ਦਾ ਵਿਗਿਆਨ ਹੋਇਆ, ਜਿਸ ਬਾਣੀ ਦਾ ਪ੍ਰਭਾਵ, ਜਿਸ ਕੀਰਤਨ ਦਾ ਮਹਾਤਮ ਆਈ ਸੰਗਤ ਦੀ ਹਾਜ਼ਰੀ, ਆਈ ਸੰਗਤ ਦੀ ਸ਼ਰਧਾਂਜਲੀ, ਇਸ ਪਿਛਲੀ ਰੂਹ ਦੇ ਹਿਰਦੇ ਦੇ ਵਸਾਉਣਾ, ਇਸ ਪਿਛਲੀ ਰੂਹ ਨੂੰ ਡੇਲੀਆਂ ਦੁਨੀਆਂ ਨੂੰ ਬਚਾਉਣਾ, ਆਈਆਂ ਸੰਗਤ ਭਾਣਾ ਬਣਦਾ ਬਾਬਾ ਸਿੰਘ ਮਹਾਰਾਜ ਕਿਰਪਾ ਦ੍ਰਿਸ਼ਟੀ ਰੱਖੇ ਮਹਾਰਾਜ ਬਾਲ ਪਾਸੇ ਇਸ ਪਰਿਵਾਰ ਦੇ ਵਿੱਚ, ਇਸੇ ਤਰ੍ਹਾਂ ਲੰਗਰ ਦੇ ਵਿੱਚ ਵੀ ਇਤਫਾਕ ਪਾਸੇ ਮਹਾਰਾਜ ਜੁੜੇ ਭਾਈਚਾਰੇ ਦੇ ਵਿੱਚ ਆਏ ਪੰਜ ਸਰਪੰਚ ਮਹਿਮਾਨ ਸਭਨਾਂ ਦਾ ਧੰਨਵਾਦ। ਅੱਜ ਵੀ ਰੋਪਚਾਰ ਆਓ ਗੁਰੂ ਪਿਆਰੇ ਸਮਾਪਤ ਕੀਤੇ ਭਾਈ ਚੱਲੀਏ ਅਨੰਦ ਸਾਹਿਬ ਦੀ ਬਾਣੀ ਪੜ੍ਹ ਕੇ ਉਸ ਉਪਰੰਤ ਅਰਦਾਸ ਬੇਨਤੀ ਦੇਖਦੇ ਉਪਰੰਤ ਜੋ ਵੀ ਆਪਣਾ ਪਰਿਵਾਰ ਦਾ ਪ੍ਰਬੰਧ ਹੈ ਉਸ ਨੂੰ ਸੂਰ ਦਿੰਦੇ ਹੋਏ ਭਾਈ ਆਪਾਂ ਪਹੁੰਚਾਂਗੇ ਆਓ ਇੱਥੇ ਅਨੰਦ ਸਾਹਿਬ ਦੀ ਬਾਣੀ ਭਾਈ ਉਹਨਾਂ ਪ੍ਰਵਾਚਕਾਂ ਦੀ ਵਾਪੀ ਬੇਨਤੀ ਕਰੋ ਪਿਆਰਿਓ, ਇਹ ਤਾਂ ਗੁਰਬਾਣੀ ਹੈ, ਇਹ ਤਾਂ ਗੁਰਬਾਣੀ ਦਾ ਬਹੁਤ ਵੱਡਾ ਸਮੁੰਦਰ ਹੈ, ਇਹਦੇ ਵਿੱਚ ਸਮੁੰਦਰ ਦੇ ਵਿੱਚ ਨਹਾਉਣ ਦੇ ਨਾਲ ਹੀ, ਇਸ਼ਨਾਨ ਕਰਨ ਦੇ ਨਾਲ ਹੀ, ਗੁਰੂ ਪਿਆਰੇ ਗੁਰੂ ਦੇ ਰਾਮ ਦੇ ਨਾਲ ਹੀ, ਕਿਉਂਕਿ ਰਾਮ ਦੇ ਨਾਲ ਹੀ ਪਤਾ ਲੱਗ ਕਰਨ ਦੀ ਕਿੰਨਾ ਜ਼ਰੂਰਤ ਹੈ, ਪਰ ਇਹਨੂੰ ਕਿਸੇ ਨੇ ਵੀ ਹਾਲ ਤੱਕ ਨਹੀਂ ਦੱਸਿਆ ਵੀ ਇਹਦੀ ਕਿੰਨੀ ਕੁ ਡੂੰਘਾਈ ਹੈ, ਇੰਨਾ ਕੁ ਲੰਮਾ ਹੈ, ਇੰਨਾ ਕੁ ਚੌੜਾ ਹੈ, ਕਿਸੇ ਕੋਲੋਂ ਖੋਜ ਨਹੀਂ ਹੋਈ।
साई रत चंगी
ਵਾਲੇ ਉਹਨਾਂ ਦੇ ਅੰਤਮ ਅਰਦਾਸ ਮਹਾਰਾਜ ਦੀ ਕਿਰਪਾ ਕਰਨੀ ਉਸ ਵਿਛੜੀ ਹੁੰਦੀ ਨੂੰ ਧੰਨਵਾਦ ਜੀ ਆਪਣੇ ਚਰਨਾਂ ਕਮਲਾਂ ਵਿੱਚ ਨਿਵਾਸ ਬਖਸ਼ ਕਰਨਾ ਇਸੇ ਪਰਿਵਾਰ ਅਤੇ ਰਿਸ਼ਤੇਦਾਰਾਂ ਨੂੰ ਭਾਣਾ ਮੰਨਣ ਦਾ ਬਲ ਅਤੇ ਗੁਰਮਤਾ ਬਖਸ਼ ਕਰਨਾ ਮਹਾਰਾਜ ਜੀ ਉਹ ਇਸ ਵੇਲੇ ਆਪਣੀ ਦੀ ਬੜੀ ਮਹਾਨ ਕਿਰਪਾ ਦੇ ਨਾਲ ਸੋ ਕਹੀਏ ਤੇ ਸੁਰਾ
याद किया जाता है हर एक बिरादरी बहुत
ਗ੍ਰੰਥ ਸਾਹਿਬ ਜੀ ਪਵਿੱਤਰ ਅਤੇ ਨੇਕੀ ਗੋਬਿੰਦ ਸਰਦਾਰ ਤਖਤ ਸਿੰਘ ਜੀ ਮਾਤਾ ਅਰਦਾਸ ਸਿੰਘ ਫੌਜੀ ਸੁਰ ਸ਼ਾਸਤਰ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਆਪਾਂ ਸਾਰਿਆਂ ਨੂੰ ਪਤਾ ਹੈ ਕਿ ਸਾਰੇ ਪਰਿਵਾਰ ਬਾਰੇ ਮੇਰੇ ਨਾਲ ਸਰਦਾਰ ਤਖਤ ਸਿੰਘ ਜੀ ਦੇ ਮਾਸਟਰ ਸੀ ਉਹਨਾਂ ਦਾ ਦਿਨ ਅੱਜ ਇਸ ਮੇਰੇ ਫੋਨ ਆਇਆ ਕਿ ਬਜ਼ੁਰਗ ਚੜ੍ਹਾਈ ਕਰੇ। ਮੈਂ ਉਹਨਾਂ ਨੂੰ ਪੁੱਛਿਆ ਕਿ ਕਦੋਂ ਪੈ ਗਏ, ਉਹ ਕਹਿੰਦੇ ਕਾਫੀ ਦੇਰ ਹੋ ਗਏ ਹੋ ਗਿਆ। ਮੈਂ ਉਹਨਾਂ ਨਾਲ ਰਿਹਾ ਕਿ ਕਿਉਂ ਵੀ ਦੱਸਿਆ, ਅਸੀਂ ਇਸ ਪਰਿਵਾਰ ਨਾਲ ਬਹੁਤ ਭਰਾਵਾ ਬਹੁਤ ਭਾਈਚਾਰਕ ਸਾਂਝ ਹੈ, ਸਾਡਾ ਕੋਈ ਵੀ ਪਿੰਡੜੀ ਹੈ ਅਤੇ ਬਹੁਤ ਹੀ ਏਕਤਾ ਪਰਿਵਾਰ ਹੈ ਅਤੇ ਜੋ ਵੀ ਲੋਕ ਸਾਥ ਕੈਨੇਡਾ ਚਲੇ ਗਏ ਉਹਨਾਂ ਨਾਲ ਵੀ ਬਹੁਤ ਪਰਿਵਾਰਕ ਸੰਬੰਧ ਸੀ ਅਤੇ ਇੱਥੇ ਸਰਦਾਰ ਦਰਬਾਰ ਸਿੰਘ ਵੀ ਬੈਠੇ, ਸਾਰਾ ਪਰਿਵਾਰ ਬਹੁਤ ਪਿਆਰ ਹੈ ਅਤੇ ਮੈਂ ਕੀ ਕੀ ਗੱਲਾਂ ਕਰਨਾ ਪਿਆ ਇਹਨਾਂ ਦਾ ਜਿਹੜੀ ਗੱਲ ਕਰਦੇ ਹੈ ਅਤੇ ਸਰਦਾਰ ਦਰਬਾਰ ਸਿੰਘ ਜੀ ਸਰਪੰਚ ਸਾਹਿਬ ਜਿਹੜਾ ਆਪਣੇ ਖੇਤੀਆਂ ਕੀਤਾ ਅਪਣਾਇਆ ਉਸ ਲਈ ਇਹਨਾਂ ਨੇ ਇਸ ਇਲਾਕੇ ਤੱਕ ਪਹੁੰਚਣਾ ਹੈ ਅਤੇ ਸਾਰੇ ਜਿਹੜੇ ਕਿਸਾਨ ਵੀਰ ਨੇ ਇਹਨਾਂ ਦਾ ਪਰਿਵਾਰ ਦਾ ਨਾਮ ਲੈ ਵੀ ਇਹਨਾਂ ਨੂੰ ਸਿਰ ਵੀ ਲੈਂਦੇ ਰਹਿੰਦੇ ਨੇ। ਮੈਂ ਆਪਣੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੁਗ ਅਕਾਲੀ ਦਲ ਵੱਲੋਂ ਸਰਦਾਰ ਦਰਬਾਰ ਸਿੰਘ ਜੀ ਵੱਲੋਂ ਸ਼ਰਧਾ ਅਤੇ ਸਤਿਕਾਰ ਭੇਟ ਕਰਨਾ ਇੱਕ ਗੱਲ ਕਰਨੀ ਦਾ ਭੁੱਲ ਗਿਆ। ਸਰਦਾਰ ਰਣਜੀਤ ਸਿੰਘ ਹੋਣੀ, ਸਰਦਾਰ ਕਰਮ ਸਿੰਘ ਹੋਣੀ ਜਿੰਨਾ ਵੀ ਪਰਿਵਾਰ ਹੈ ਬਹੁਤ ਵਧੀਆ ਕਿਸਾਨੀ ਪਰਿਵਾਰ ਹੈ, ਔਖੇ ਸੌਖੇ ਸਮੇਂ ਹਮੇਸ਼ਾ ਅਕਾਲੀ ਦਲ ਨਾਲ ਖੜਾ ਰਿਹਾ। ਮੈਂ ਇਹ ਸਾਰੇ ਕੋਲ ਸਾਰੇ ਬਜ਼ੁਰਗਾਂ ਤੋਂ ਡਰਦੇ ਨੇ ਇਹਨਾਂ ਨੂੰ ਕਹਿਣਾ ਹੈ ਕਿ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲੀ ਦਲ ਅਤੇ ਸਰਦਾਰ ਸਿੰਘ ਜੀ ਮਿਹਰਬਾਨ ਹਕਾਨ ਕਾਲ ਪੈਰ ਅਤੇ ਸੁਖਪ੍ਰੀਤ ਸਿੰਘ ਕਰਦੀਆਂ ਅਤੇ ਗੁਰਵੀਰ ਸਿੰਘ ਕੀਮਾ ਸਾਡੇ ਵਿੱਚ ਹਾਜ਼ਰ ਬੈਠੇ ਨੇ। ਮੈਂ ਉਹਨਾਂ ਬੇਨਤੀ ਕਰਦਾ ਸਰਦਾਰ ਜਸਵੀਰ ਸਿੰਘ ਪ੍ਰਧਾਨ ਰਾਜ ਕਾਂਗਰਸ ਕੁਝ ਆਪ ਦੋ ਮਿੰਟ ਲਈ ਆਪਣੇ ਸਰਦਾਰ ਪੇਟ ਹਨ। ਵਾਹਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਸਦਕਾ ਅੱਜ ਆਪਾਂ ਉਸ
ਮਿਸਰੀ ਨੂੰ ਆਪ ਸਾਰਿਆਂ ਦੇ ਪ੍ਰੇਮ ਕਰਨ ਆਇਆ ਤੇ ਹੋਰ ਸੱਜਣ ਮਿੱਤਰ ਸਾਰੇ ਇੱਥੇ ਪਹੁੰਚੇ ਨੇ ਉਹਨਾਂ ਦਾ ਧੰਨਵਾਦ ਕਰਾਂਗੇ ਪਰਿਵਾਰ ਵੱਲੋਂ ਸਰਦਾਰ ਭਪਿੰਦਰ ਸਿੰਘ ਜੀ ਨੀਮਾ ਸੀਨੀਅਰ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਕੋਈ ਆ ਕੇ ਇੱਥੇ ਆਈਆਂ ਸੰਤਾਂ ਦਾ ਧੰਨਵਾਦ ਕਰਨ ਅਤੇ ਆਪਣੇ ਸਾਰਿਆਂ ਦੇ ਪ੍ਰੇਮ ਕਰਨ ਸਰਦਾਰ ਭਪਿੰਦਰ ਸਿੰਘ ਜੀ ਨੂੰ ਮੇਰੇ ਬਚਪਨ ਦੇ ਕਲਾਸ ਸਰਦਾਰ ਕਰਮਜੀਤ ਸਿੰਘ ਦੇ ਪਿਤਾ ਸਰਦਾਰ ਜੰਗ ਸਿੰਘ ਜੀ ਉਹਨਾਂ ਨੂੰ ਔਰ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਕਰਮ ਸਿੰਘ ਜੀ ਹੋਰਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਆਏ ਦੋਸਤ ਮਿੱਤਰ ਰਿਸ਼ਤੇਦਾਰ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਸਾਹਿਬਾਨ ਮਾਨਵੀ ਇਕਾਗਰਤਾ ਲਈ ਅਤੇ ਰਸਾਂ ਦੀ ਮਿੱਤਰਤਾ ਲਈ ਆਓ ਗੁਰੂ ਮਹਾਰਾਜ ਦਾ ਬਖਸ਼ਿਆ ਪ੍ਰਮਾਣ ਉਚਾਰੀ ਰਸਨਾਬੰਦੀਆਂ ਦੇ ਬਲੋਕ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਬਾਣੀ ਦਾ ਫਰਮਾਨ ਹੈ ਮਰਨ ਲਿਖਾਏ ਮੰਡਲ ਮੇਲਾ ਜਿਸੀ ਵਸਤ ਸੋਈ ਲੈ ਜਾਏ ਰੋਸ ਕਿਸੀ ਸਹੀ ਦੇ। ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਇਹਨਾਂ ਦੋ ਸ਼ਲੋਕਾਂ ਦਾ ਅਰਥ ਮਨੁੱਖ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਨਾ ਕਿ ਜਦੋਂ ਵੀ ਕੋਈ ਇਨਸਾਨ ਬੀਜ ਮਾਤਰ ਦੇ ਰੂਪ ਵਿੱਚ ਕਟੈਂਕੇ ਦੇ ਰੂਪ ਵਿੱਚ ਆਪਣੀ ਮਾਤਾ ਦੇ ਗਰਭ ਵਿੱਚ ਪਹਿਲਾਂ ਸਵਾਸ ਲੈਂਦਾ ਉਸਦੀ ਮੌਤ ਸਮਾਂ ਅਤੇ ਸਥਾਨ ਜਦੋਂ ਪਹਿਲਾ ਸਾਹ ਲੈਂਦਾ ਹੈ ਮੌਤ ਸਮਾਂ ਅਤੇ ਸਥਾਨ ਗੁਰੂ ਮਹਾਰਾਜ ਉਹਦੇ ਵਿੱਚ ਕਰਦੇ ਜਦੋਂ ਸਵਾਸਾਂ ਦੀ ਪੂੰਜੀ ਹੋ ਜਾਂਦੀ ਹੈ ਤਾਂ ਕੋਈ ਵੀ ਇਨਸਾਨ ਇਸ ਧਰਤੀ 'ਤੇ ਜੀਵਤ ਨਹੀਂ ਰਹਿ ਸਕਦਾ ਇਸ ਧਰਤੀ ਤੋਂ ਸਦਾ ਲਈ ਅੱਗ ਦੇ ਆਕ ਤੋਂ ਚਲੇ ਜਾਂਦਾ ਪਰ ਬੜੇ ਥੋੜ੍ਹੇ ਇਨਸਾਨ ਹੁੰਦੇ ਹੈ ਜਿਵੇਂ ਸਟੇਜ ਤੋਂ ਵਾਰ ਵਾਰ ਕਿਹਾ ਗਿਆ ਚਾਹੇ ਉਹ ਇਸਤਰੀ ਰੂਪ ਵਿੱਚ ਹੋਣ ਚਾਹੇ ਪੁਰਸ਼ ਰੂਪ ਵਿੱਚ ਹੋਣ ਉਮਰ ਦੇ ਨਾਲ ਵਿਅਕਤੀ ਦੇ ਕਰਮਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਵਿਅਕਤੀ ਦੀ ਜ਼ਿੰਦਗੀ ਦੀ ਫਿਲੋਸਫੀ ਜਿਹੜੇ ਉਹ ਕੰਮ ਕਰਦੇ ਗਏ ਸਮਾਜ ਦੇ ਵਿੱਚ ਸੁਸਾਇਟੀ ਦੇ ਵਿੱਚ ਜਿਹੜੇ ਉਹ ਕੰਮ ਪਰਿਵਾਰ ਲਈ ਕਰਕੇ ਗਿਆ ਉਹਨਾਂ ਦੇ ਨਾਲ ਵਿਅਕਤੀ ਦਾ ਅਸੀਂ ਅਨੈਲਿਸਿਸ ਕਰਦੇ ਹਾਂ ਅਸੀਂ ਉਹਦਾ ਅਧਿਐਨ ਕਰਦੇ ਹਾਂ ਕਿ ਉਹ ਵਿਅਕਤੀ ਜਿਹੜਾ ਗਿਆ ਹੈ ਸਭ ਤੋਂ ਪਹਿਲਾਂ ਜਿਹੜਾ ਤੁਰਾ ਹੈ ਉਹ ਹੈ ਪਰਿਵਾਰ ਜਿਹੜੀ ਮੂਲ ਜੜ੍ਹ ਹੈ ਫਾਊਂਡੇਸ਼ਨ ਸਟੋਨ ਹੈ ਵਿਅਕਤੀ ਦੀ ਪਰਿਵਾਰ ਹੈ ਅਤੇ ਜਿਹੜਾ ਵਿਅਕਤੀ ਸਮਾਜ ਦੇ ਵਿੱਚ ਪਰਿਵਾਰਕ ਤੌਰ 'ਤੇ ਵਿਚਰਦਾ ਹੈ ਉਹ ਆਪਣੇ ਪਰਿਵਾਰ ਲਈ ਆਪਣੀ ਧਰਮ ਪਤਨੀ ਲਈ ਆਪਣੇ ਬੱਚਿਆਂ ਲਈ ਅਤੇ ਆਪਣੇ ਭੈਣ ਭਰਾਵਾਂ ਲਈ ਕੁਛ ਕਰਕੇ ਗਿਆ ਹੈ ਜਾਂ ਨਹੀਂ ਗਿਆ ਜਿਹੜਾ ਇੱਥੇ ਇੱਡਾ ਵੱਡਾ ਕੱਖ ਹੈ ਅਸੀਂ ਸਾਰਿਆਂ ਨੇ ਇੱਕ ਦੂਜੇ ਨਾਲ ਜ਼ਰੂਰ ਉੱਥੇ ਬੈਠ ਕੇ ਗੱਲ ਕੀਤੀ ਹੋਣੀ ਹੈ ਕਿ ਸਰਦਾਰ ਜੰਗ ਸਿੰਘ ਹੋਈ ਕੀ ਆਪਣੇ ਭੈਣ ਭਰਾਵਾਂ ਨਾਲ ਵਧੀਆ ਵਿਚਰੇ ਕੀ ਆਪਣੇ ਬੱਚਿਆਂ ਲਈ ਕੁਛ ਕਰਕੇ ਗਏ ਆਰਥਿਕ ਤੌਰ 'ਤੇ ਆਪਣੇ ਪਰਿਵਾਰ ਨੂੰ ਮਜ਼ਬੂਤ ਕਰਕੇ ਗਏ। ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ ਆਪਾਂ ਖੜ੍ਹੇ ਹਾਂ ਜੇ ਇਸ ਧਰਤੀ ਮੱਠ ਪਰਿਵਾਰ ਦਾ ਨਾ ਧਰਤੀ ਮੱਠ ਪਿਆ ਤਾਂ ਬਹੁਤ ਵੱਡੀ ਮਤਲਬ ਸਟੋਰੀ ਹੈ ਬਹੁਤ ਮਿਹਨਤ ਦੇ ਨਾਲ ਇਹਨਾਂ ਚਾਰੇ ਭਰਾਵਾਂ ਨੇ ਸਰਦਾਰ ਗੁਰਬੰਦ ਸਿੰਘ ਉਹਨਾਂ ਦੀ ਮਾਣ ਦੇ ਲਈ ਬਹੁਤ ਵੱਡੀ ਮਿਹਨਤ ਕੀਤੀ ਔਰ ਮਿਹਨਤ ਕਰਕੇ ਜੇ ਮੈਂ ਫਕਰ ਨਾਲ ਕਹਾਂ ਮੈਂ ਬਚਪਨ ਨੂੰ ਇਸ ਘਰ ਦੇ ਵਿੱਚ ਆਉਣਾ ਜਾਂਦਾ ਫਿਫਥ ਕਲਾਸ ਤੋਂ ਪੰਜਵੀਂ ਤੋਂ ਮੈਂ ਕਰਮ ਸਿੰਘ ਕਰਕੇ ਪੜ੍ਹੇ ਸ਼ਿਵਰਾਜ ਜਿਹੜਾ ਵੀ ਸਾਡੇ ਨਾਲ ਪੜ੍ਹਦੇ ਰਹੇ ਜਿੰਨੀ ਮਿਹਨਤ ਕਰਦੇ ਮੈਂ ਇਸ ਪਰਿਵਾਰ ਨੂੰ ਆਪਣੇ ਅੱਖਾਂ ਨਾਲ ਦੇਖਿਆ ਉਹ ਸਾਡੀ ਸੁਸਾਇਟੀ ਲਈ ਸਾਡੇ ਪਰਿਵਾਰ ਲਈ ਇਨਸਪੀਰੇਸ਼ਨ
और गुरु साहब ने गुरु नानक पातशाह ने आप अपने हाथों हल चला के मेहनत करके किरत करके नाम जप के बन छक के सू हुक्म लाया कि जिंदगी सही अर्थात साफ सुथरी देने की उम्मीद की जा सकती। तो सरदार जगत सिंह होर ने उस गल पर पहरा दिता। अज ये परिवार आर्थिक तौर पर बहुत मजबूत है। जो मैं समाजिक तौर पर राजनीतिक तौर पर गल करा इस नगर का सरदार रणजीत सिंह होर सबका सरपंच मेरे पिता जी के परम मित्र और सरदार रणजीत सिंह भी अगो मेरे परम मित्र इस नगर के जो भी कोई राजनीतिक तौर पर समाजिक तौर पर कोई काम किया चाहे नगर दियाँ गलिया हो सड़क हो कोई गरीबा वास्ते काम करना हो बाजीगर की झुंडियां झोंपड़िया हो उत्थे धर्मशाला बनानी हो नगर में कुछ करना हो सरदार जगत सिंह सरदार गुरमत सिंह के परिवार ने मोहरी भूमिका निभाई मोहरी और अगे जो कि समाज को एक नवी शिक्षा दी है खेती करते अपने काम करते हुए समाजिक तौर पर भी नाम से नाम बनाया जा सकता जो सोसायटी विचरते हैं। लोग छेती अमीर होने वास्ते बड़े पुखे सीधे काम करते बड़े पापड़ वेलते हैं पुखे काम करते हैं पर इस परिवार से एक भी दाग नहीं रह सकते एक भी दाग नहीं। बड़ी सेवा की मेरे दो भरावान ने सरदार गुरजंत सिंह होर ने सरदार करमजीत सिंह होर ने हाले पिछले साल परिवार को बहुत वड्डा घाटा पाया साढ़े वड्डे भैन जी साढ़े भाभी जी सरदार गुरजंत सिंह के कोलों वो सानू सदीप भी छोड़ा दे पर फिर भी सरदार करम सिंह होर ने धर्म सुपत्नी होर ने साडे माता जी जी सुखदेव कौर होर ने सरदार जगत सिंह होर की बड़ी सेवा की पर असी सारे गुरु साहब का हुक्म मान सकते हैं साढ़े विचार साहबे कमाल साहब श्री गुरु गोबिंद सिंह साहब वो अपने हाथों में अपना परिवार तोड़ के गए पिता जी को माता तोरी बच्चे तोरे कारण से रोक सकते थे सारे सा परमात्मा को रोक पर सू हुक्म लाया उन्होंने कि गुरु का भाणा मिठा करके मनना गुरु के भाणे के साथ कोई जुड़ नहीं चलता उसके भाणे को शीस नवा के गुरबाणी का प्रमाण है संघ सखा सरदारे को कहो नानक है विकले एक एक रसवा परमात्मा का भाणा मिठा करके मनना पैना क्योंकि मेरा अपना परिवार है मैं पता है जिहड़े बजुर्ग होंगे है बैठे सरदार गुरमत सिंह हो रही जे मैं कह कले रह गए भरावान बिना बहुत औखा हो जाए भरा भराव दियाँ बाह होंगे भरा भराव की शक्ति होंगे है तो जो बजुर्ग घर में बैठा हो चाहे वह माँ के रूप है चाहे पिता के रूप है चाहे घर में लॉक जिंदा लाने की जरूरत नहीं पड़ती दरवाजे खुले छड़ के चले जाए कि बापू मेरे घर बड़ा घाटा पाया परिवार को क्योंकि मेरा अपना परिवार है तुम सारे जने रिश्तेदार दोस्त मित्र राजनीतिक पार्टी के आगू जिन्हें भी आए थोड़ा एक एक चलिया कदम साढ़े सारे परिवार के सिरमत थे और सरदार गुरजंत सिंह होर वालों सरदार करमजीत सिंह होर वालों और साढ़े अंकल सरदार बलवंत सिंह होर वालों सारी संगत का रिश्तेदार दोस्त मित्रों का राजनीतिक आगू का दोवे हाथ जोड़ के बहुत बहुत धन्यवाद जिन्हें कदम चल के साथ सिरमत थे परिवार को सुनेमर सारे के चरणों की बेनती है कि सारे ने गुरु महाराज का प्रशादा तैयार छक के जाना है चाह का भी तैयार छक के जाना है और देख लिया उन्होंने सारे ने प्रशादा जरूर छक के जाना है। एक बार फिर समुची संगत का बहुत बहुत धन्यवाद है परिवार को दोवे मूल हाथ सूत्रा वालों गुरद्वारा साहब वास्ते इकट्ठी हजार रुपया दान किया जाता है और बाबा जी को बेनती है गुरुद्वारा साहब के इकट्ठी हजार रुपया परिवार को और एक बार फिर समुची संगत का मैं अपने वालों भी धन्यवाद करता क्योंकि मेरा अपना परिवार है तो सारे परिवार वालों बहुत बहुत धन्यवाद लाओ फतेह वाहेगुरु जी का खालसा वाहेगुरू जी चलो जी वाहेगुरू जी का खालसा वाहेगुरू जी की फतेह। अज साढ़े बहुत ही सत्कारयोग बजुर्ग सरदार जंग सिंह होरां दी अंतम अरदास दे विच समुचे इलाके की लीडरशिप वक्त पार्टी के राजनीतिक आगू धार्मिक आगू इतने पहुंचे सी जंग सिंह होर ने जो समाज लिए जो परिवार लिए किया
उसके उपर वक्त बुलारिया ने बहुत ज़्यादा खुले तरीके चानना पाया। आ सरदार जंग सिंह साढ़े इलाके की बड़ी सत्कारयोग शख्सियत सन। उन्होंने अपनी मेहनत के नाल अपने परिवार को आर्थिक तौर पर बहुत मजबूत किया। अज एग्रीकल्चर के खेतीबाड़ी के तौर पर इस परिवार का नाम साढ़े इलाके नहीं साढ़े जिले में पूरे माण के सत्कार लिया जाता है। इस परिवार ने खेतीबाड़ी नूं एक वधिया तरीके नाल लाहेव धंधा बना के नवी टैक्नीक नाल करके साढ़े इलाके नूं एक नवी सेध दित्ती है। अज सरदार जंग सिंह उहनां दे जाण नाल साढ़े इस परिवार नूं जिथे घाटा पिया है उत्थे साढ़े इलाके नूं समुचे इलाके नूं समुची पंचायत खड़ी है। सारे परिवार नूं सारे नगर नूं बहुत वड्डा घाटा पिया जिथे उहनां दे होनहार सपुत्रां नूं सरदार करमजीत सिंह उहनां नूं सरदार गुरजंट सिंह उहनां नूं पर उहनां दी होनहार सपुत्री बीबी हरप्रीत कौर नूं बहुत वड्डा परिवारक घाटा पिया है। उत्थे एक साढ़े को बहुत दूर अंदेशी व्यक्ति अज दूर चले गए हैं जिन्हों का ना हो ना पूरा होने वाला घटा पै। मैं गुरु साहब वालों समुची संगत वालों गुरु साहब के चरणों अरदास करता गुरु साहब उन्होंने अपने चरणों से वास बख्शन पिछों परिवार को भाणा मन का बल बख्शन। वाहेगुरू जी का खालसा वाहेगुरू जी की अज बोल तो दो शब्द चलो जी सत्कार जो गुरु प्रसाद सिंह जी जंग सिंह के जनता के सेवक कीर्ती किसान जोड़े कि जनता के नाल नाल गुरु घर के प्रेमी जिस करके अज आप सारी संगत एकत्र हुए हैं। गुरु महाराज की कृपा सदका ही उन्होंने इन तरक्कियां कीतियां। गुरु महाराज की कृपा सदका ही आपां नूं ये प्यार बख्शिया जिस प्यार करके आप इत्थे एकत्र हुए हैं। गुरु महाराज उन्होंने परिवार को चढ़दी कला बख्शे दिन दुगनी रात चौगनी तरक्की बख्शन। वाहेगुरू जी का खालसा वाहेगुरू जी की सरदार जंग सिंह उन्हों की बोली रस्म से इकत्र हुई सब संगत जी। सरदार जंग सिंह उन्हों की जो जीवनी है वो एक बहुत ही सच्चे सुच्चे इंसान ते वधिया किसान और वधिया समाज सेवक जिन्होंने इत्थे अज पिंड दे विच जो पैड़ां पाईआं ने उह संदेशां याद रहणगीआं ते उहनां नूं हर इक थां दे उत्ते याद कीता जाऊगा। इस लई मैं समूह संगत दा जिथे असीं धन्नवाद करदे हां उत्थे परिवार को वाहेगुरू चढ़दी कला बख्शे ते भाणा मनण दा बल बख्शे। वाहेगुरू जी का खालसा वाहेगुरू जी की।